ਵਿਆਹਾਂ 'ਚ ਜਾਂਦੇ ਹਾਂ, ਵਿਆਹ ਵਾਲੇ 2500 ਦੀ ਪਲੇਟ ਕਰ ਲੈਣਗੇ, 7000 ਦੀ, 10000 ਦੀ ਪਲੇਟ ਕਰ ਲੈਣਗੇ, ਜਦੋਂ ਅਸੀਂ ਐਂਟਰ ਹੋਣ ਲੱਗਾਂਗੇ, ਨਹੀਂ ਜੀ ਡਰਾਈਵਰ ਦੀ ਐਂਟਰੀ ਹੈ ਨਹੀਂ। ਵਿਆਹ 'ਤੇ ਤੁਸੀਂ 1 ਕਰੋੜ ਰੁਪਇਆ ਖਰਚ ਕਰਤਾ, 50 ਲੱਖ ਕਰਤਾ, ਪਰ ਡਰਾਈਵਰ ਦੀ ਰੋਟੀ ਲਈ ਪੈਲਸ ਦੇ ਵਿੱਚ ਐਂਟਰੀ ਹੈ ਨਹੀਂ। ਕੀ ਡਰਾਈਵਰ ਬੰਦਾ ਨਹੀਂ, ਕੀ ਡਰਾਈਵਰ 'ਚ ਖੂਨ ਨਹੀਂ, ਕੀ ਇਨਸਾਨ ਨਹੀਂ, ਕੀ ਉਹਦੇ ਬੱਚੇ ਨਹੀਂ, ਉਹਦੇ ਆਸਰੇ ਤੁਸੀਂ ਆਏ ਆ, ਜੇ ਉਹਦੇ ਆਸਰੇ ਤੁਸੀਂ ਆਏ ਆ, ਉਹਦੀ ਕਹਿਣਗੇ 100 ਰੁਪਇਆ ਕੱਢ ਕੇ ਕਹਿਣਗੇ ਅਸੀਂ ਮੋਗੇ ਗਏ ਆ, ਬਰਾਤ ਗਏ ਆ, 10 ਗੱਡੀਆਂ ਗਈਆਂ, ਠੀਕ ਹੈ, ਹਕੀਕਤ ਇਸ ਚੀਜ਼ ਨੂੰ, 10 ਗੱਡੀਆਂ ਮੋਗੇ ਪੈਲਸ ਦੇ ਵਿੱਚ ਬਰਾਤ ਗਈਆਂ, ਸਾਡੇ ਇੱਥੋਂ ਆਪਣੀ ਮੰਡੀ 'ਚੋਂ ਹੀ ਬਰਾਤ ਗਈਆਂ 10 ਗੱਡੀਆਂ। ਅਸੀਂ ਜਦੋਂ ਜਾ ਕੇ ਗਏ, ਉਹ ਕਹਿੰਦੇ ਯਾਰ 100-100 ਰੁਪਏ ਰੋਟੀ ਖਰਚਾ ਲਓ, ਬਾਹਰ ਖਾਓ। ਵੀ ਸਾਡੀ ਮੀਜ਼ 100 ਰੁਪਏ ਦੇ, 100 ਰੁਪਏ ਹੁਣ ਤੁਸੀਂ ਦੇਖ ਲਓ ਵੀ ਸਾਡੀ ਔਕਾਤ ਕੀ ਰਹੇਗੀ, 100 ਰੁਪਇਆ ਸਾਡੀ ਔਕਾਤ ਰਹੇਗੀ ਵੀ 100 ਰੁਪਇਆ ਲੈ ਲਓ ਤੁਸੀਂ ਰੋਟੀ ਖਾ ਲਓ। ਜਿਵੇਂ ਪੁਰਾਣੇ ਸਮੇਂ 'ਚ ਪੜ੍ਹਦੇ ਆਪਾਂ, ਫਿਲਮ 'ਚ ਪੜ੍ਹਿਆ ਸੀ ਇੱਕ, ਮੈਂ ਭੁੱਲ ਗਿਆ, ਉਹ 'ਚ ਲਿਖਿਆ ਹੁੰਦਾ ਸੀਗਾ ਵੀ ਇੰਡੀਅਨ ਤੇ ਕੁੱਤੇ ਦਾ ਆਉਣਾ ਮਨਾ। ਹਾਂ ਬਸ ਆਹੀ ਹੁਣ ਡਰਾਈਵਰ ਵਾਲੀ ਗੱਲ, ਹੁਣ ਡਰਾਈਵਰ ਦੀ ਹੋ ਗਈ ਵੀ ਡਰਾਈਵਰ ਦਾ ਇਸ ਪੈਲਸ 'ਚ ਆਉਣਾ ਮਨਾ। ਹਾਂ ਠੀਕ ਹੈ ਨਾ, ਵੀ ਲੁਧਿਆਣੇ ਗਏ ਅਸੀਂ, ਲੁਧਿਆਣੇ ਬਰਾਤ ਗਏ, ਲੁਧਿਆਣੇ ਬਰਾਤ ਗਏ ਤੇ ਉੱਥੇ ਜਾ ਕੇ ਵੇਖਿਆ, ਕਹਿੰਦੇ ਡਰਾਈਵਰ ਦੀ ਐਂਟਰੀ ਨਹੀਂ, ਆਪਣੀਆਂ ਚੰਗੀਆਂ ਚੰਗੀਆਂ ਫਾਰਮਾਂ ਆਪਣੀ ਮੰਡੀ ਦੀਆਂ ਉੱਥੇ, ਉਹ ਕਹਿੰਦੇ ਡਰਾਈਵਰ ਦੀ ਐਂਟਰੀ ਨਹੀਂ, 20 ਡਰਾਈਵਰ ਖੜੇ ਉੱਥੇ, ਇੱਕ ਸਾਡੇ ਨਾਲ ਸਾਡੀ ਜੇਤੋ ਤੋਂ ਵਿਕਰਮ ਮੁੰਡਾ ਡਰਾਈਵਰ, ਉਹ ਵੀ ਮੇਰੇ ਨਾਲ ਬਾਈ, ਅਸੀਂ ਸਾਰੇ ਜਾਣੇ, ਅਸੀਂ ਜਾ ਵੜੇ ਅਸੀਂ ਮੈਨੇਜਰ ਕੋਲੇ ਵੀ ਅਸੀਂ ਬੰਦੇ ਨਹੀਂ ਜੀ, ਅਸੀਂ ਕਹਿੰਦੇ ਵੀ ਤੁਹਾਡੇ ਵਾਸਤੇ ਖਾਣਾ ਬਾਹਰ ਮਗਰ ਲੱਗਿਆ ਹੋਇਆ, ਤੁਹਾਡੇ ਵਾਸਤੇ ਖਾਣਾ ਮਗਰ ਲੱਗਿਆ ਹੋਇਆ, ਜਦੋਂ ਮਗਰ ਗਏ ਪਾਣੀ, ਦਾਲ ਪਾਣੀ ਤੇ ਚੌਵਲ, ਵੀ ਦਾਲ ਪਾਣੀ ਸਮਝ ਲਓ ਵੀ ਦਾਲ ਕੜੇ ਲੂਣ ਮਿਰਚ ਘੋਲਿਆ ਹੋਇਆ ਸੀ, ਕਹਿੰਦੇ ਆਹ ਖਾਣਾ ਖਾ ਲਓ ਲੱਗਿਆ ਹੋਇਆ। ਅਸੀਂ ਵੀਡੀਓ ਵੀ ਬਣਾਈ ਉਸ ਚੀਜ਼ ਦੀ, ਬਹੁਤ ਚਿਰ ਉਹ ਲੋਕ ਬਹੁਤ ਜਣਿਆਂ ਨੂੰ ਕਿਹਾ ਵੀ ਇਸ ਪੈਲਸ 'ਚ ਨਾ ਆਓ, ਪਰ ਨਹੀਂ ਬਾਈ, ਵੀ ਬੇਰੁਜ਼ਗਾਰੀ ਆਪਣੇ ਇੰਡੀਆ ਦੇ ਵਿੱਚ ਲਾ ਲਓ, ਪੰਜਾਬ ਦੇ ਵਿੱਚ ਲਾ ਲਓ, ਵੀ ਬੇਰੁਜ਼ਗਾਰੀ ਇੰਨੀ ਕੁ ਵੱਧ ਗਈ ਵੀ ਹੁਣ ਤਾਂ ਹੱਥ ਖੜ੍ਹੇ ਆ ਵੀ ਇਹ ਸੋਚਦੇ ਹਾਂ ਵੀ ਟੈਕਸੀ ਦਾ ਧੰਦਾ ਛੱਡ ਕੇ, ਕਿਸੇ ਵੇਲੇ ਇਹ ਕਹਿੰਦੇ ਸੀ ਵੀ ਆਪਾਂ ਸਰਕਾਰਾਂ ਕਹਿੰਦੀਆਂ ਵੀ ਬਾਹਰ ਨਾ ਜਾਓ, ਹੁਣ ਇਹ ਵੀ ਚਾਹੁੰਦੇ ਆ ਵੀ ਭਾਣਾ ਦੀ ਛੋਟੇ ਮੁਲਕ ਦਾ ਹੀ ਵੀਜ਼ਾ ਲੱਗ ਜੇ, ਛੋਟੇ ਮੁਲਕ ਜੇ 25-30 ਹਜ਼ਾਰ ਵੀ ਬਚਦਾ, ਇੱਥੋਂ ਨਾਲੋਂ ਸੌਖੇ ਬਚਾਂਗੇ, ਇੱਥੋਂ ਨਾਲ ਸੌਖੇ ਰਵਾਂਗੇ, ਸੌਖੇ ਰਵਾਂਗੇ। ਹੁਣ ਬਾਈ ਇਸ ਟਾਈਮ ਫਾਦਰ ਨੇ ਵੀ ਡਰਾਈਵਰੀ ਕੀਤੀ ਆ, ਮੈਂ ਵੀ ਕਰ ਰਿਹਾ, ਪਰ ਹੁਣ ਇਸ ਟਾਈਮ ਡਰਾਈਵਰੀ ਦੇ ਵਿੱਚ ਹੱਥ ਖੜੇ ਆ ਵੀ ਮੈਂ ਇਹੋ ਸ਼ਡਿਊਲ ਬਣਾ ਰਿਹਾ ਵੀ ਮੈਂ ਜ਼ਮੀਨ ਵੇਚ ਕੇ ਵੀ ਜੇ ਕੋਈ ਕਨਾਲ 2 ਕਨਾਲਾਂ ਵੇਚ ਕੇ 4 ਕਨਾਲਾਂ ਵੇਚ ਕੇ ਮੈਨੂੰ ਬਾਹਰ ਜਾਣਾ ਪਵੇ, ਮੇਰੇ ਬੱਚਿਆਂ ਦਾ ਭਵਿੱਖ ਨਹੀਂ, ਮੇਰੀ ਗੁੜੀਆ ਸਾਡੇ 9ਵੀਂ ਕਲਾਸ 'ਚ ਹੋ ਗਈ, ਅੱਗੇ ਪੜ੍ਹਾਈ ਹੈ, ਖਰਚ ਕਿੱਥੋਂ ਕੱਢਾਂਗੇ ਜੀ, ਜੇ ਚੰਗੀ ਪੜ੍ਹਾਈ ਕਰਾਉਣੀ ਆ ਤਾਂ ਟੈਕਸੀ ਦਾ ਧੰਦਾ ਸਾਨੂੰ ਛੱਡਣਾ ਪਊਗਾ। ਛੱਡ ਬਾਈ, ਤੁਸੀਂ ਗੱਡੀ ਹੁਣ ਤੁਹਾਡੇ ਕੋਲ ਕਿਹੜੀ ਹੈ? ਮੇਰੇ ਕੋਲ ਮਹਿੰਦਰਾ ਮਰਾਜੋ ਆ ਜੀ। ਮਰਾਜੋ ਕਿੰਨੇ ਦੀ ਲਈ ਹੈ ਬਾਈ ਉਹ? ਬਾਈ 17 ਲੱਖ ਦੀ ਹੈ। 17 ਲੱਖ ਦੀ ਕਿਸ਼ਤਾਂ 'ਤੇ ਕਿ ਕੈਸ਼? ਕੈਸ਼ ਕਿੱਥੇ ਜੀ, ਸਾਡੇ ਕੋਲ ਤਾਂ ਕਿਸ਼ਤਾਂ 22000 ਕਿਸ਼ਤ ਆ ਜੀ। 22000 ਰੁਪਏ ਕਿਸ਼ਤ, ਯਾਨੀ ਕਿ 17 ਲੱਖ ਦੀ ਉਹਦੀ ਵੈਸੇ ਰੇਟ ਹੈ ਕਿ ਕਿਸ਼ਤਾਂ ਜਿਹੜਾ ਵਿਆਜ ਪਾ ਕੇ? ਨਹੀਂ ਜੀ, 17 ਉਹਦਾ 16 ਕੁਛ ਰੇਟ ਆ, 17 ਲੱਖ ਦੀ ਔਨ ਰੋਡ ਕਾਗਜ਼ਾਂ 'ਚ ਪੈਂਦੀ ਹੈ, ਵਿਆਜ ਉੱਤੇ ਆ ਜੀ ਉਹਦਾ। ਵਿਆਜ ਉੱਤੇ ਯਾਨੀ ਕਿ 20 ਲੱਖ ਦੇ ਕਰੀਬ ਜਾਊਗੀ? 20 ਲੱਖ ਦੇ ਸਾਨੂੰ ਪ੍ਰਾਈਵੇਟ ਕੰਪਨੀਆਂ ਫਾਈਨੈਂਸ ਕਰਾਉਣੀਆਂ ਜੀ, ਅਸੀਂ ਕਿਹੜਾ, ਸਾਡੇ ਕੋਈ ਸਰਕਾਰੀ ਹੈ ਨਹੀਂ, ਪ੍ਰਾਈਵੇਟ ਕੰਪਨੀਆਂ ਦਾ ਫਾਈਨੈਂਸ ਬਹੁਤ ਹੁੰਦਾ ਜੀ ਸਾਨੂੰ, ਫਿਰ ਕਿਸ਼ਤ ਲੇਟ ਫੇਟ ਦਾ ਫਾਈਨੈਂਸ ਹੁੰਦਾ, ਫਿਰ ਸਾਰੇ ਹੀ ਆਈ ਆ ਜੀ। ਮਤਲਬ 22000 ਤੁਹਾਡੀ ਕਿਸ਼ਤ ਹੋ ਗਈ ਮਹੀਨੇ ਦੀ? ਹਾਂਜੀ, ਆਈ ਜਿਹੜੀ ਆਈ ਜਾਣੀ ਹੈ, ਚਾਹੇ ਮੀਂਹ ਪਵੇ ਧੁੱਪ ਪਵੇ, ਤੁਹਾਡੀ ਗੱਡੀ ਚੱਲੇ ਨਾ ਚੱਲੇ ਕੁਛ ਹੋ ਜੇ, 22000 ਕੱਢ ਕੇ ਕੀ ਬਚਦਾ ਬਾਈ? ਬਾਈ 22000 ਕੱਢ ਕੇ ਕਈ ਵਾਰੀ ਤਾਂ ਤੁਸੀਂ ਇਹ ਸੋਚੋਗੇ ਵੀ ਮੈਂ ਘਰ ਵਾਲੀ ਦਾ ਗੋਲਡ ਰੱਖ ਕੇ ਵੀ ਕਿਸ਼ਤ ਭਰੀ ਹੋਈ, ਤੁਸੀਂ ਕਹਿੰਦੇ ਬਚਣਾ ਦੂਰ ਦੀ ਗੱਲ।